जो सफेद पोश है ना हम जैसे वो पिसते हैं, गरीब है वो तो किसी के आगे हाथ फैला के ना कुछ ना कुछ कर लेते हैं, अमीर लोगों के पास है जो पर्दे में है ना उनकी शामत है बस। कितनी की महंगाई हो गई है? महंगाई हो गई जी, तेल भी नहीं मोटरसाइकिल का पूरा होता। तो जड़ी अमरूद तुसी बेच रहे है, पहले जड़ी डाल सी किन्ने दी मिली? पहले डाल मिलती 300 दी 400 दी। किन्ने किलो अमरूद? 10 किलो होता। हुन किन्ने? हुन 1000 दी 1200 दी 1300 दी इथे मिलती। मिलती पई या मिलती नहीं? मिलती भी कोई नहीं है डी, कदी है आगे मंडी कदी है आगे ना आए। की समझदे ये की वजह है? सारे मामला जेड़े ना गड़बड़ी होए पे। किन्ने कितने गड़बड़? ए नहीं पता जी किन्ने कर देते है जा। बस तुसी आदी रोजी रोटी कमांच मत। हां जी। अच्छा किन्ने फीसद महंगाई हुई? मेरे हिसाब से 50% हो गई है। तो सेब जेड़े पहले तानू कैमे मिलते? पहले 250-200 रुपए किलो वाला काम सीगा, हुन 400 तो उत्ते वाला काम हो गया। बस जेड़े हालात चल रहे ने ਆਸਟੋਰੀਆ ਜਿੰਨੇ ਵੀ ਉਹਨਾਂ ਨੇ ਸਟਾਕ ਕੀਤੇ ਉਹਨਾਂ ਨੇ ਹੋਰ ਇਸ ਤੋਂ ਵੀ ਕੰਮ ਕਹਿੰਦੇ 400 ਤੋਂ ਵੀ ਜ਼ਿਆਦਾ ਜਾਣੇ। ਓਏ ਹੋਏ ਹੋਏ, ਅੱਛਾ ਸ਼ਰੀਫ ਦੇ ਵਿੱਚ ਇਸ ਤੋਂ ਵੀ ਉੱਤੇ ਜਾਣ ਦਾ ਚਾਂਸ? ਕੀ ਸਮਝਦੇ ਕੀ ਵਜੂਹਾਤ ਹੈ ਮੰਗਾਈ? ਵਜੂਹਾਤ ਆ ਦਲੀਲ ਕਰਕੇ ਬਹਿ ਗਈ ਸਾਨੂੰ ਗਵਰਨਮੈਂਟ, ਹੋਰ ਕੀ ਆ, ਜਿਹੜਾ ਆਉਂਦਾ ਵਾ ਉਹ ਆਣ ਕੇ ਧੌਣਾ ਲਾਉਣ ਨੂੰ ਫਿਰਦਾ, ਹੋਰ ਕੋਈ ਕੰਮ ਹੀ ਨਹੀਂ ਉਹਨਾਂ ਨੂੰ। 22-23 ਰੁਪਏ ਪੈਟਰੋਲ ਵੱਧ ਗਿਆ ਹੈਗਾ, ਕੀ ਕਹਿਣਾ? ਇਹ ਵੱਧ ਗਿਆ ਤੇ ਇਹਨਾਂ ਦੇ ਪੈਣਾ ਚੀਜ਼ਾਂ ਤੇ, ਇਹ ਸਾਡੇ ਤੇ ਪੈਣਾ ਵਾ, ਇਹ ਜਿੰਨਾ ਹੀ ਵਧੇਗਾ ਉਹਨੇ ਹੀ ਆਵਾਮ ਤੇ ਪੈਣਾ। ਚਲੋ ਠੀਕ ਹੈ, ਯਾਨੀ ਕਿ 4 ਲੱਖ ਵੇਚਦੇ ਹੁਣ 2 ਵੇਚਣਗੇ, ਜੇ 2 ਵੇਚਦੇ ਤਾਂ 1 ਵੇਚੇਗਾ। ਕਿਆ ਇਹ ਜੋ ਮੈਡੀਸਨ ਹੈ ਅਦਵੀਆਤ ਹੈ ਇਨ ਪਰ ਵੀ ਮਹਿੰਗਾਈ ਹੋਈ ਹੈ? ਭਾਈ ਡੰਡੇ ਤੋੜ ਮਹਿੰਗਾਈ ਕਰਦੀ ਕੰਨੀਆਂ ਨੇ ਯਾਰ, ਤੁਹਾਨੂੰ ਕੀ ਦੱਸੀਏ, ਆਏ ਦਿਨ ਨਵੇਂ ਰੇਟ, ਆਏ ਦਿਨ ਨਵੇਂ ਰੇਟ, ਪੈਂਪਰ ਦੁੱਧ ਹਰ ਚੀਜ਼ ਮਹਿੰਗੀ ਕਰਦੀ। ਪਟਵਾਰੀ ਜੀ ਬੱਚੋਂ ਕਾ ਹੀ ਪੁੱਛ ਲੈਤੇ ਹੈ ਕਿਉਂਕਿ। ਅੱਛਾ ਪੈਂਪਰ ਦਾ ਪਹਿਲਾਂ ਕੀ ਰੇਟ ਸੀ ਪੈਕਟ? ਪਹਿਲੇ 800-900 ਦਾ ਬੰਡਲ ਆਉਂਦਾ ਸੀਗਾ, ਜਿਹੜਾ ਹੁਣ 2-2000 ਰੁਪਏ ਦਾ ਆਉਂਦਾ, 4-4000 ਰੁਪਏ ਦਾ ਬੰਡਲ ਆ ਰਿਹਾ। ਅੱਛਾ 4-4000 ਰੁਪਏ ਦਾ ਸਾਰਾ ਕੁਝ ਪਟਵਾਰੀਆਂ ਨੇ ਕੀਤਾ ਵਾ। ਇਹ ਇਸਲਾਮ ਦੇ ਵਿੱਚ ਕਤਲ ਵਾਜਬ ਨਹੀਂ ਹੈਗਾ, ਕਤਲ ਵਾਜਬ ਹੋਵੇ ਮੈਂ ਜੰਨਤ ਮੁੜ ਤੇ ਪਈ ਹੋਈ ਆ, ਜੰਨਤ ਤੇ ਮੁੜ ਤੇ ਪਈ ਇਹਨਾਂ ਨੂੰ ਮਾਰ ਕੇ ਕਾਫਰਾਂ ਨੂੰ ਜੰਨਤ ਹਾਸਲ ਕਰ ਲਈ ਅਸੀਂ, ਲੇਕਿਨ ਸਾਡਾ ਇਸਲਾਮ ਨਹੀਂ ਵਾਜਬ। ਪੈਨਾਡੋਲ, ਪੈਨਾਡੋਲ ਦਾ ਪੱਤਾ ਕਿੰਨੇ ਦਾ ਸੀ? ਪੈਨਾਡੋਲ ਪੱਤਾ 10 ਰੁਪਏ ਦਾ ਸੀਗਾ, 40 ਰੁਪਏ ਦਾ ਹੋ ਗਿਆ, 50 ਰੁਪਏ ਦਾ ਬਲੈਕ 'ਚ ਮਿਲ ਰਿਹਾ। ਮਿਲ ਵੀ ਨਹੀਂ ਰਹੀ? ਮਿਲ ਵੀ ਨਹੀਂ ਰਹੀ, ਸਿਰਫ ਪਟਵਾਰੀਆਂ ਦਾ ਕਰਕੇ, ਪਟਵਾਰੀ ਇਹ ਸਾਰਾ ਕੁਝ ਕਰਨ ਦੇ ਆ। ਮਤਲਬ ਪਟਵਾਰੀਆਂ ਦਾ ਇਹਨਾਂ 'ਚ ਕੀ ਲੈਣਾ ਦੇਣਾ? ਪਟਵਾਰੀਆਂ ਦਾ ਸਾਰਾ ਕੁਝ ਪਟਵਾਰੀ ਨੇ ਕੀਤਾ। ਢੋਲੀ ਕਿਉਂ ਚੁੱਕੀ? ਕਵਰ ਚੋਲੀ ਅਸੀਂ ਬਦਮਾਵਾਂ ਦਿੰਦੇ ਆ ਭੈਣ, ਇਸ ਜਾਨ ਛੱਡਣ ਸਾਡੀ ਗੰਜੇ ਹੁਣ ਲਈ ਭਾਈ, ਅਸੀਂ ਬਦਮਾਵਾਂ ਦਿੰਦੇ ਚੋਲੀਆਂ ਚੁੱਕ ਚੁੱਕ ਕੇ, ਸਾਡੇ ਤੇ ਅਜ਼ਾਬ ਆ ਰੱਬ ਦਾ, ਗੰਜੇ ਗੰਜੇ ਅਜ਼ਾਬ ਆ ਸਾਡੇ ਤੇ, ਹੋਰ ਕੋਈ ਸ਼ਾਇਦ ਅਜ਼ਾਬ ਨਹੀਂ ਹੈ। ਅੱਛਾ ਭਾਈ ਜਾਨ, ਇਹ ਜੋ ਮਹਿੰਗਾਈ ਹੋ ਰਹੀ ਹੈ ਕਿਆ ਵਜ੍ਹਾ ਹੈ? ਸਭ ਸੇ ਪਹਿਲੇ ਬਾਤ ਆਤੀ ਹੈ ਜੈਸੀ ਆਵਾਮ ਵੈਸੇ ਹੁਕਮਰਾਨ, ਸਭ ਸੇ ਪਹਿਲੇ ਹਮ ਆਪਣੇ ਕਰਦਾਰ ਕੋ ਜ਼ਿੰਮੇਦਾਰ ਠਹਿਰਾਏਂਗੇ। ਇਸ ਲਈ ਮੈਂ ਇੱਕ ਸ਼ਹਿਰੀ ਹੂੰ, ਮੈਂ ਆਪਣਾ ਬਿਜ਼ਨਸ ਕਰਤਾ ਹੂੰ, ਕੋਈ ਵੀ ਕਰਤਾ ਹੂੰ, ਮਿਹਨਤ ਮਜ਼ਦੂਰੀ ਕਰਤਾ ਹੂੰ, ਵੋ ਕਿਸੀ ਕੋ ਮੈਨੇ ਜਵਾਜ਼ ਨਹੀਂ ਦੇਣਾ, ਮੈਨੇ ਆਪਣੀ ਮਿਹਨਤ ਕਰਕੇ ਆਪਣਾ ਬੱਚੋਂ ਕਾ ਪੇਟ ਪਾਲਨਾ ਹੈ। ਦੂਸਰੀ ਬਾਤ ਇਹ ਹੈ ਕਿ ਹਮ ਇੱਕ ਹੁਕਮਰਾਨ ਡਿਸਾਈਡ ਕਰਤੇ ਹੈ ਕਿ ਯਾਰ ਹਮਾਰੇ ਮੁਸਤਕਬਿਲ ਕੇ ਲਈ ਅੱਛਾ ਹੋਗਾ, ਹਮਾਰੇ ਗਲੀ ਮੁਹੱਲੇ ਕੇ ਕਾਮ ਕਰਾਏਗਾ, ਹਮਾਰੇ ਇਲਾਕੇ ਕੇ ਕਾਮ ਕਰਾਏਗਾ, ਲੇਕਿਨ ਉਸਕਾ ਹਮੇ ਕਿਆ ਫਾਇਦਾ ਹੋਤਾ ਹੈ? ਵੋਟ ਕਾਸਟ ਕਰਨੇ ਚਲੇ ਜਾਤੇ ਹੈ, ਘਰ ਮੇ ਗਾੜੀਆਂ ਆ ਗਈ, ਆਓ ਜੀ ਆਓ ਚਲੇ, ਲੇਕਿਨ ਇਸ ਰਿਜ਼ਲਟ ਕੇ ਮੁਤਾਬਿਕ ਇਹ ਸਭ ਕੁਛ ਹਮ ਇਮਰਾਨ ਖਾਨ ਕਾ ਬੋਇਆ ਬੀਜ ਹੈ ਜੋ ਹਮਕੋ ਸਜ਼ਾ ਮਿਲ ਰਹੀ ਹੈ। ਸਾਰਾ ਕੁਛ ਵੋ ਕਰਕੇ ਚਲਾ ਗਿਆ, ਆਜ ਵੋ ਆਜ਼ਾਦ ਹੈ, ਲੇਕਿਨ ਹਮ ਇਸ ਜੋ ਟੈਕਨੋਕ੍ਰੇਟ ਕੇ ਸਿਸਟਮ ਚੱਲ ਰਿਹਾ ਨਾ, ਜੋ ਅਦਮ ਇਤਮਾਦ ਆਈ ਹੈ, ਲੇਕਿਨ ਹਮ ਇਸਕੋ ਵੀ ਬੁਰਾ ਨਹੀਂ ਕਹਿ ਸਕਦੇ, ਇਨਕੇ ਪਾਸ ਵੀ ਕੁਛ ਨਹੀਂ ਹੈ, ਅਬ ਖਜ਼ਾਨੇ ਹਮਾਰੇ ਖਾਲੀ ਹੈ। ਅੱਛਾ ਯਾਰ, ਇਹ ਜੋ ਆਪ ਮੂੰਗਫਲੀ ਔਰ ਚਨੇ ਇਹ ਗੁੜ ਵਗੈਰਾ ਇਹ ਸੇਲ ਕਰਨੇ ਹੈ, ਅੱਛਾ ਨਾ ਖਿਆਲ ਰੱਖੀਏਗਾ, ਦੁਆਓਂ ਮੇਂ ਯਾਦ ਰੱਖੀਏਗਾ। ਅੱਲਾ ਹਾਫਿਜ਼।